ਮੈਡਮ ਮੈਡਮ ਆਪਣੀ ਕਲਾਸ ਆ ਮੈਡਮ ਅੱਜ ਆਪਣੀ ਕਲਾਸ ਆ ਅੰਗਰੇਜ਼ੀ ਦੀ ਕਲਾਸ ਆ ਗਾਣਾ ਮੁੱਕ ਗਿਆ ਗਾਣਾ ਮੁੱਕ ਗਿਆ ਮੈਂ ਇੰਨਾ ਸੋਹਣਾ ਨੱਚ ਰਹੀ ਤੁਸੀਂ ਮੈਨੂੰ ਡਿਸਟਰਬ ਕਿਉਂ ਕਰ ਦਿੱਤਾ ਆਪਾਂ ਕਲਾਸ ਲੈਣ ਆਏ ਆ ਮੈਂ ਤਾਂ ਅੰਗਰੇਜ਼ੀ ਸਿੱਖਣ ਆਇਆ ਤੁਹਾਡੇ ਤੋਂ ਅੱਛਾ ਆਪਾਂ ਕਲਾਸ 'ਚ ਆ ਗਏ ਯੈਸ ਚਲੋ ਸੌਰੀ ਸੌਰੀ ਵੈਸੇ ਨਾ ਇਹ ਸਾਰੀ ਗਲਤੀ ਨਾ ਤੁਹਾਡੀ ਆ ਪਤਾ ਤੁਹਾਨੂੰ ਮੇਰੀ ਐਸੀ ਕੀ ਗਲਤੀ ਹੋਈ ਕਿਉਂ ਇੰਨੇ ਵਧੀਆ ਗਾਣੇ ਗਾਉਂਦੇ ਆ ਤੁਸੀਂ ਕਿ ਬੰਦਾ ਨੱਚਣ ਲਈ ਮਜਬੂਰ ਹੋ ਜਾਂਦਾ ਆ ਮੈਂ ਰੋਮਾਂਟਿਕ ਵੀ ਗਾਉਣਾ ਉਹ ਵੀ ਸੁਣ ਲਿਆ ਕਰੋ ਨਹੀਂ ਉਹ ਮੈਂ ਸੁਣ ਚੁੱਕੀ ਨਾ ਤੁਸੀਂ ਆਹ ਵਾਲਾ ਗਾਣਾ ਗਾਇਆ ਨਾ ਇਸ ਕਰਕੇ ਚਲੋ ਆਪਾਂ ਪਹਿਲਾਂ ਕਲਾਸ ਲੈਂਦੇ ਆ ਫਿਰ ਆਪਾਂ ਨੱਚਾਂਗੇ ਇਕੱਠੇ ਦੁਬਾਰੇ ਅੱਛਾ ਕਲਾਸ ਲੈ ਲਈਏ ਪਹਿਲਾਂ ਕਲਾਸ ਲਓ ਅੰਗਰੇਜ਼ੀ ਦੀ ਮੈਨੂੰ ਥੋੜੀ ਅੰਗਰੇਜ਼ੀ ਸਿਖਾ ਦਿਓ ਅੰਗਰੇਜ਼ੀ ਸੀ ਉਹ ਤਾਂ ਮੈਂ ਸਿਖਾ ਦਣੀ ਉਹ ਤਾਂ ਫੱਟੇ ਚੱਕ ਅੰਗਰੇਜ਼ੀ ਸਿਖਾ ਸੀਰੀਅਸਲੀ ਮੈਂ ਬਹੁਤ ਮੇਰਾ ਹੱਥ ਤੰਗ ਆ ਅੰਗਰੇਜ਼ੀ ਅੰਗਰੇਜ਼ੀ ਚ ਪੈਸੇ ਵੱਲੋਂ ਤਾਂ ਲੋਕਾਂ ਦਾ ਹੁੰਦਾ ਮੇਰਾ ਅੰਗਰੇਜ਼ੀ ਵੱਲੋਂ ਬਹੁਤ ਤੰਗ ਆ ਪੈਸੇ ਵੱਲੋਂ ਤਾਂ ਹੈਗਾ ਹੀ ਹੈਗਾ ਆ ਅੰਗਰੇਜ਼ੀ ਵੱਲੋਂ ਨਹੀਂ ਹੋਣਾ ਚਾਹੀਦਾ ਤੁਹਾਡੇ ਪੈਸੇ ਹਜੇ ਵੀ ਥੋੜਾ ਥੋੜਾ ਹੈਗਾ ਆ ਲਕੀਰਾਂ ਹਜੇ ਚਲੋ ਇੱਥੇ ਪੂਰਾ ਹੋ ਜਾਏ ਦੋ ਚਾਰ ਲਕੀਰਾਂ ਹੋ ਜਾਏ ਦੋ ਚਾਰ ਲਕੀਰਾਂ ਹੋਰ ਹੋ ਜਾਣ ਬਸ ਰੱਬਾ ਇਹਨਾਂ ਦਾ ਸਵਾਗਤ ਹੈ ਵੈਸੇ ਮੇਰੀ ਕਲਾਸ ਦੇ ਵਿੱਚ ਹੋ ਗਿਆ ਤੇ ਤੁਹਾਡਾ ਸਾਰਿਆਂ ਦਾ ਵੀ ਸਵਾਗਤ ਹੈ ਜੀ ਕ੍ਰੈਮਿਕਾ ਪ੍ਰੈਜ਼ੈਂਟਸ ਸ਼ੌਂਕ ਐਂਡ ਫਿਲਮਾਂ ਦੇ ਵਿੱਚ ਤੇ ਅੱਜ ਮੇਰੀ ਕਲਾਸ ਦੇ ਵਿੱਚ ਆਏ ਨੇ ਜੀ ਮਨਿੰਦਰ ਵੁੱਟਰ ਜੀ ਧੰਨਵਾਦ ਤੇ ਅੱਜ ਇਹਨਾਂ ਨੂੰ ਨਾ ਜਰਾ ਕਹਿੰਦੇ ਨਾ ਫੱਟੇ ਚੱਕ ਵਾਲੀ ਅੰਗਰੇਜ਼ੀ ਸਿਖਾ ਕੇ ਭੇਜਣੀ ਆ ਮੈਂ ਬਹੁਤ ਖਾ ਮੇਰਾ ਹੱਥ ਬਹੁਤ ਆ ਅੰਗਰੇਜ਼ੀ ਮੇਰੀਆਂ ਇੰਸਟਾਗ੍ਰam ਵਾਲੀਆਂ ਪੋਸਟਾਂ ਤੇ ਨਹੀਂ ਜਾਣਾ ਉਹ ਮੈਂ ਕਿਸੇ ਤੋਂ ਪਹਿਲਾਂ ਆਪਣੇ ਜਜ਼ਬਾਤ ਦੱਸਦਾ ਮੈਂ ਪੰਜਾਬੀ 'ਚ ਕਿ ਹਾਂ ਯਾਰ ਮੈਂ ਆਹ ਚੀਜ਼ ਕਹਿਣਾ ਚਾਹੁੰਦਾ ਹਾਂ 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 ਤੇ ਫਿਰ ਉਹ ਮੈਨੂੰ ਇੰਗਲਿਸ਼ 'ਚ ਟ੍ਰਾਂਸਲੇਟ ਹੋਈ ਮਿਲਦੀ ਆ ਵੀ ਅੱਛਾ ਓਕੇ ਹੁਣ ਤੂੰ ਇਹਨੂੰ ਐਂ ਲਿਖ ਸਕਦਾ ਅੱਛਾ ਕਈ ਲੋਕ ਮੇਰੀ ਇੰਸਟਾਗ੍ਰam ਵਾਲੀਆਂ ਜਿਹੜੀਆਂ ਮੇਰੀਆਂ ਪੋਸਟਾਂ ਹੁੰਦੀਆਂ ਉਹ ਤੋਂ ਹੈਰਾਨ ਹੁੰਦੇ ਨੇ ਕਈ ਮੇਰੇ ਯਾਰ ਮਿੱਤਰ ਥੱਲੇ ਕਮੈਂਟ ਕਰ ਦਿੰਦੇ ਨੇ ਕਿ ਤੂੰ ਤਾਂ ਬਹੁਤ ਅੰਗਰੇਜ਼ੀ ਅੰਗਰੇਜ਼ੀ ਐਂ ਸਮਾਈਲੀ ਪਰ ਮੈਂ ਸੀਰੀਅਸਲੀ ਕਦੇ ਨਹੀਂ ਮੈਂ ਲਿਖਦਾ ਅੱਛਾ ਕੀ ਕੀ ਮਤਲਬ ਕੁੜੀਆਂ ਦੇ ਕਿੰਨੇ ਕੁ ਕਮੈਂਟ ਆਉਂਦੇ ਆ ਫਿਰ ਪੋਸਟਾਂ ਤੇ ਕੁੜੀਆਂ ਦੇ ਵੀ ਆਉਂਦੇ ਨੇ ਕੁੜੀਆਂ ਦੇ ਹੀ ਆਉਂਦੇ ਨੇ ਕੁੜੀਆਂ ਦੇ ਵੀ ਆਉਂਦੇ ਨੇ ਮੁੰਡੇ ਦੇ ਵੀ ਆਉਂਦੇ ਨੇ ਅੱਛਾ ਹੁਣ ਨਾ ਮੇਰੇ ਨਾ ਬਹੁਤ ਸਵਾਲ ਮੈਨੂੰ ਨਾ ਭੱਜ ਕੇ ਆ ਰਿਹਾ ਪੁੱਛਾ ਆ ਜਾਂਦਾ ਨਾ ਦੌੜ ਲਾ ਲੈਂਦਾ ਨਾ ਤੇ ਸਵਾਲ ਇਹ ਹੈ ਕਿ ਵੈਸੇ ਪਤਾ ਨਹੀਂ ਤੁਹਾਨੂੰ ਕਿਸੇ ਨੇ ਹੁਣ ਤੱਕ ਪੁੱਛਿਆ ਨਹੀਂ ਕਿ ਪਰ ਅੱਜ ਤੁਸੀਂ ਹੁਣ ਸ਼ੌਂਕਨ ਦੀ ਅੰਗਰੇਜ਼ੀ ਦੀ ਕਲਾਸ ਦੇ ਵਿੱਚ ਆਏ ਆ ਤੇ ਤੁਹਾਨੂੰ ਇਹਦਾ ਜਵਾਬ ਦੇ ਕੇ ਜਾਣਾ ਪਏਗਾ ਜ਼ਰੂਰ ਜੀ ਦਊਂਗੇ ਨਾ ਹਾਂਜੀ ਅੱਛਾ ਤੁਸੀਂ ਵਿਆਹ ਕਿਸ ਸਾਲ ਵਿੱਚ ਕਰਾ ਰਹੇ ਹੋ ਇਹ ਸਾਰੀਆਂ ਸਖੀਆਂ ਨਾ ਜਾਣਨਾ ਚਾਹੁੰਦੀਆਂ ਨੇ ਕਿ ਮਨਿੰਦਰ ਬੁੱਟਰ ਕਿਸ ਸਾਲ 'ਚ ਵਿਆਹ ਕਰਾ ਰਿਹਾ ਸਾਡੇ ਜ਼ਿੰਮੇਦਾਰਾਂ ਦਾ ਮੁੰਡਿਆਂ ਦਾ ਵਿਆਹ ਵੈਸੇ 23-24 ਦਾ ਹੋ ਜਾਂਦਾ ਹਾਂ ਮੈਂ 25 ਦਾ ਹੋ ਗਿਆ ਤੇ ਘਰ ਦੇ ਬਹੁਤ ਮਗਰ ਪਏ ਨੇ ਬਹੁਤ ਕੁੜੀਆਂ ਦੀਆਂ ਫੋਟੋਆਂ ਆਉਂਦੀਆਂ ਨੇ ਪਰ ਮੈਂ 5 ਸਾਲ ਹਜੇ ਰੁਕ ਕੇ ਵਿਆਹ ਕਰਾਂਗਾ 30-31 ਰੁਕ ਕੇ ਕਰਾਉਂਗਾ 5 ਸਾਲ ਮੈਨੂੰ ਇੰਨਾ ਸ਼ੌਕ ਲੱਗ ਲੈ ਸੋ ਜਿਹਦੇ ਦਾ ਵਿਆਹ ਕਰਾਉਣਾ ਉਹਦੇ ਸੁਪਨੇ ਪੂਰੇ ਕਰਨ ਲਈ 4 ਰੁਪਏ ਜੋੜ ਲਈਏ ਕੱਲ ਨੂੰ ਰੁਪਏ ਨਾ ਹੋਣ ਵਿਆਹ ਹੋਣ ਕਰਾ ਲਈਏ ਸੋ 5 ਸਾਲ ਮੈਨੂੰ ਲੱਗਦਾ ਮੈਂ ਪੈਸੇ ਪੂਸੇ ਕਮਾ ਕੇ ਫਿਰ ਵਿਆਹ ਕਰਾਉਂਗਾ ਅੱਛਾ ਹੁਣ ਤੁਹਾਡੀ ਇੰਡਸਟਰੀ ਦੇ ਵਿੱਚ ਹਾਂਜੀ ਕਿੰਨੇ ਕੁ ਪੱਕੇ ਯਾਰ ਆ ਪੱਕੇ ਆੜੀ ਹੁੰਦੇ ਆ ਨਾ ਜਿੱਦਾਂ ਮਤਲਬ ਕਿ ਸਾਰੇ ਇੱਕ ਫੋਨ ਤੇ ਇੱਕ ਰਿੰਗ ਤੇ ਫੋਨ ਚੁੱਕ ਲੈਂਦੇ ਸਾਰੇ ਵਧੀਆ ਯਾਰ ਮਿੱਤਰ ਨੇ ਪਰ ਹੈਪੀ ਰਾਏਕੋਟੀ ਹੋ ਗਿਆ ਕੋਈ ਤਿੰਨ ਦਾ ਨਾਮ ਲੈ ਦੋ ਬੱਬੂ ਵੀਰਾ ਹੋ ਗਿਆ ਅੱਛਾ ਐਂਡ ਐਮੀ ਵਿਰਕ ਹੋ ਗਿਆ ਤਿੰਨ ਜਣੇ ਹਾਂ ਜਿਨ੍ਹਾਂ ਨੂੰ ਮੈਂ ਜ਼ਿਆਦਾ ਫੋਨ ਕਰ ਲੈਂਦਾ ਮਿਕਸਿੰਗ ਹੋ ਗਿਆ ਜਿਨ੍ਹਾਂ ਨਾਲ ਮੈਂ ਜ਼ਿਆਦਾ ਕੰਮ ਕਰਦਾ ਗੱਲ ਕਰਦਾ ਅੱਛਾ ਹੁਣ ਸਾਡੀ ਗੇਮ ਇਹ ਹੈ ਮਿੱਤਰ ਪਿਆਰਾ ਗੇਮ ਆ ਮਿੱਤਰ ਪਿਆਰਾ ਇਹਦੇ ਵਿੱਚ ਤੁਸੀਂ ਨਾ ਫੋਨ ਲਾਉਣਾ ਹੈ ਜਿਨ੍ਹਾਂ ਨੂੰ ਜਿਹੜੇ ਤੁਹਾਡੇ ਪੱਕੇ ਯਾਰ ਜਿਹੜੇ ਤੁਹਾਨੂੰ ਪਤਾ ਕਿ ਪਹਿਲੀ ਰਿੰਗ ਤੇ ਫੋਨ ਚੁੱਕ ਲੈਣਗੇ ਓਕੇ ਠੀਕ ਹੈ ਜੀ ਪਹਿਲੀਆਂ 3 ਰਿੰਗ ਦੇ ਵਿੱਚ ਜਿੰਨੇ ਫੋਨ ਚੁੱਕ ਲਿਆ ਉਹਨੂੰ ਤੁਸੀਂ ਆਈ ਲਵ ਯੂ 2 ਕਹਿ ਕੇ ਫੋਨ ਕੱਟ ਦੇਣਾ ਓਕੇ ਜੀ ਉਸ ਤੋਂ ਬਾਅਦ ਜਿੰਨੇ ਫੋਨ ਨਹੀਂ ਚੁੱਕਿਆ ਉਹ ਤੁਹਾਡੀ ਇੱਛਾ ਤੁਸੀਂ ਉਹਨੂੰ ਕੀ ਕਹਿ ਕੇ ਕੱਟ ਦੇਣਾ ਚਲੋ ਆਪਾਂ ਟਰਾਈ ਕਰਦੇ ਹਾਂ ਟਰਾਈ ਕਰੀਏ ਚਲੋ ਜੀ ਸਭ ਤੋਂ ਪਹਿਲਾਂ ਕਿਹਨੂੰ ਲਾਉਂਗੇ ਐਮੀ ਵੈਸੇ ਯੂਕੇ ਗਿਆ ਹੋਇਆ ਚਲੋ ਉਹਨੂੰ ਲਾ ਲੈਣਾ ਸਪੀਕਰ ਤੇ ਕਰ ਲਿਓ ਸਰ ਮੈਂ ਨੰਬਰ ਸੇਵ ਕੀਤਾ ਐਮੀ ਬਾਲੀਵੁੱਡ 2 ਆਏ ਨਹੀਂ ਗੱਲ ਬਾਤ ਹੈ ਭਾਈ ਬਾਲੀਵੁੱਡ ਗੱਲ ਬਾਤ ਸੁਰਿੰਗ ਜਾ ਰਹੀ ਹੈ ਰਿੰਗ ਐਮੀ ਬਾਲੀਵੁੱਡ 2 2 ਆਈ ਲਵ ਯੂ ਟੂ ਬ੍ਰੋ ਆਈ ਲਵ ਯੂ ਟੂ ਵਧੀਆ ਵਧੀਆ ਚੱਲ ਠੀਕ ਹੈ ਬਾਏ ਲਵ ਯੂ ਲਵ ਯੂ ਲਵ ਯੂ ਆਏ ਹਾਏ 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 ਕੀ ਬਾਤ ਹੈ ਚਲੋ ਦੂਸਰਾ ਫੋਨ ਅੱਛਾ ਤਿੰਨਾਂ ਨੂੰ ਕਰਨਾ ਹਾਂਜੀ ਹੋਰ ਤੁਹਾਨੂੰ ਕੀ ਲੱਗਿਆ ਇੱਕ ਨੂੰ 3 ਵਾਰ ਕਹਿ ਕੇ ਕੱਟ ਦੇਣਾ ਚਲੋ ਬੱਬੂ ਵੀਰੇ ਨੂੰ ਕਰਦਾ ਹਾਂਜੀ ਸੋ ਬੱਬੂ ਵੀਰਾ ਬਹੁਤ ਹੀ ਵਧੀਆ ਇਨਸਾਨ ਆ ਸ਼ਾਂਤ ਇਨਸਾਨ ਆ ਇੱਕ ਆਈ ਲਵ ਯੂ ਟੂ ਵੀਰੇ ਆਈ ਲਵ ਯੂ ਟੂ ਕੁਛ ਨਹੀਂ ਇੰਟਰਵਿਊ 'ਚ ਸੀਗਾ ਓਕੇ ਵੀਰੇ ਓਕੇ ਓਕੇ ਕੀ ਹੋ ਗਿਆ ਤੈਨੂੰ ਸੋ ਵੈਰੀ ਨਾਈਸ ਚਲੋ ਅੱਗੇ ਮਿਕਸਿੰਗ ਓਕੇ ਅੱਗੇ ਕਦੀ ਆਈ ਲਵ ਯੂ ਟੂ ਕਹਿੰਦੇ ਨਹੀਂ ਬੱਬੂ ਵੀਰੇ ਨੂੰ ਨਹੀਂ ਕਹਿੰਦੇ ਹਾਈ 2 ਚਲੋ ਤਿੰਨ ਓਹੋ ਮਿਕਸਿੰਗ ਨਾ
ਮਿਕਸਿੰਗ ਜੀ ਕੁਝ ਮਿਕਸਿੰਗ ਕਰ ਰਿਹਾ ਮਿਊਜ਼ਿਕ ਡਾਇਰੈਕਟਰ ਦੇਖੋ ਇੰਨੀ ਕਿ ਮਿਕਸਿੰਗ ਕਰ ਰਿਹਾ ਅੱਜ ਕੱਲ ਇੰਨਾ ਕਿ ਮਿਊਜ਼ਿਕ ਬਣਾ ਰਹੇ ਨੇ ਮਿਕਸਿੰਗ ਜੀ ਸਾਡਾ ਤੀਜੀ ਗੱਲ ਤੇ ਫੋਨ ਨਹੀਂ ਚੱਕ ਰਹੇ ਹਾਲਾਂਕਿ ਜਿਹੜੇ ਬੰਦੇ ਬਾਲੀਵੁੱਡ ਬੈਠੇ ਫਿਲਮਾਂ ਕਰ ਰਹੇ ਨੇ ਉਹ ਵਾਟਸਐਪ ਕਾਲ ਵੀ ਚੁੱਕ ਰਿਹਾ ਯਾਰ ਗੱਲ ਬਾਤ ਹੈ ਚਲੋ ਵੈਰੀ ਨਾਈਸ ਥੈਂਕ ਯੂ ਚਲੋ ਜੀ ਤੁਹਾਡੇ ਦੋ ਵੀਰਿਆਂ ਨੇ ਤਾਂ ਫੋਨ ਚੁੱਕ ਲੈਣ ਜਿਨ੍ਹਾਂ ਤੀਜਾਂ ਨੇ ਨਹੀਂ ਚੁੱਕਿਆ ਉਹਨਾਂ ਨੂੰ ਘਰ ਜਾ ਕੇ ਤੁਸੀਂ ਕੁਝ ਕਹਿ ਸਕਦੇ ਹੋ ਫੋਨ ਚੁੱਕ ਲਿਆ ਘਰ ਕੀ ਬਾਤ ਹੈ ਜੀ ਦੇਖੋ ਕੀ ਜ਼ਮਾਨਾ ਆ ਗਿਆ ਸ਼ੱਕਰ ਬਾਰੇ ਨੇ ਸੋਹਣੇ ਪੈਸੇ ਇਹ ਤੁਹਾਨੂੰ ਪਤਾ ਸੀ ਇਹਨਾਂ ਨੂੰ ਕੀ ਕਹਿੰਦੇ ਮੇਰੀ ਭਾਸ਼ਾ ਦੇ ਵਿੱਚ ਸ਼ੂਗਰ ਕਿੱਸੇ ਕੈਨੇਡਾ ਜਾ ਕੇ ਆਈ ਨਾ ਕੈਨੇਡਾ ਤੋਂ ਰਿਟਰਨ ਆ 6 ਮਹੀਨੇ ਤਾਂ ਤੁਹਾਡੀ ਅੰਗਰੇਜ਼ੀ ਤੁਹਾਨੂੰ ਪਤਾ ਸੀ ਨਾ ਇਸ ਗੱਲ ਦਾ ਮੈਂ ਤਾਂ ਬੜਿਆਂ ਨੂੰ ਕਲਾਸ ਲੈਣੀ ਤੁਹਾਡੇ ਕੋਲ ਤਾਂ ਆਇਆ ਤਾਂ ਹੀ ਆਇਆ ਮੇਰਾ ਬਹੁਤ ਮੈਂ ਹੁਣ ਦੇਖੋ ਅੱਗੇ ਤੋਂ ਤੁਸੀਂ ਮੇਰੇ ਬਹੁਤ ਵਧੀਆ ਸਟੂਡੈਂਟ ਆ ਬਹੁਤ ਅੱਗੇ ਤੱਕ ਜਾਓਗੇ ਤੁਸੀਂ ਮੈਂ ਕਹਿੰਦਾ ਅੱਗੇ ਤੋਂ ਆਪਣੀਆਂ ਪੋਸਟਾਂ ਦੇਖੋ ਇੰਸਟਾਗ੍ਰਾਮ ਦੀਆਂ ਹਾਂ ਹੋਰ ਜ਼ਿਆਦਾ ਹਾਈ ਇੰਗਲਿਸ਼ ਹੋ ਜਾਣੀ ਮੈਨੂੰ ਲੱਗਦਾ ਤੁਹਾਡੇ ਨਾਲ ਮਿਲਣ ਤੋਂ ਬਹੁਤ ਜ਼ਿਆਦਾ ਸ਼ੂਗਰ ਕਿਸੇ ਬਹੁਤ ਜ਼ਿਆਦਾ ਸ਼ੂਗਰ ਹਾਂ ਹਾਂ ਤੁਸੀਂ ਤੁਹਾਨੂੰ ਪਤਾ ਕ੍ਰੈਮਿਕਾ ਦੇ ਆਹ ਬਿਸਕੁਟ ਮੈਂ ਖਾਦੇ ਆ ਜੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਲੋਕ ਖਾਂਦੇ ਤੁਹਾਨੂੰ ਪਤਾ ਮੈਂ ਖਾਦੇ ਆ ਬਹੁਤ ਅੱਛੇ ਹੁੰਦੇ ਆ ਬਹੁਤ ਵਧੀਆ ਹੁੰਦੇ ਨਾ ਬਹੁਤ ਵਧੀਆ ਹੁੰਦੇ ਮੈਂ ਨਾ ਇੱਕ ਚੀਜ਼ ਹੋਰ ਪੁੱਛਣੀ ਆ ਹਾਂਜੀ ਉਹ ਇਹ ਆ ਕਿ ਤੁਸੀਂ ਇੰਨੇ ਕਿਊਟ ਕਿਉਂ ਆ ਤੇ ਇੰਨੇ ਰੋਮਾਂਟਿਕ ਗਾਣੇ ਇੰਨੇ ਸੋਹਣੇ ਕਿੱਦਾਂ ਗਾ ਲੈਂਦੇ ਹੋ ਪਤਾ ਨਹੀਂ ਮੈਨੂੰ ਲੱਗਦਾ ਕਿ ਇਹ ਸਾਰੀਆਂ ਕੁੜੀਆਂ ਪੁੱਛਣਾ ਚਾਹੁੰਦੀਆਂ ਹੋਣਗੀਆਂ ਤੁਹਾਨੂੰ ਮੈਸੇਜਸ ਬਹੁਤ ਜ਼ਿਆਦਾ ਆਉਂਦੇ ਹੋਣੇ ਆ ਨਾ ਮੈਂ ਆਪਣੀ ਮੰਮੀ ਨੂੰ ਪੁੱਛਣਾ ਚਾਹੀਦਾ ਮੇਰੀ ਹੁਣ ਅਗਲੇ ਵਾਰੀ ਮਤਲਬ ਮੈਂ ਆਂਟੀ ਮੈਂ ਆਪਣੇ ਮੰਮਾ ਦਾ ਜ਼ਰੂਰ ਦਊਂਗਾ ਇੱਕ ਹੁੰਦਾ ਨਾ ਮੇਰੀ ਮੰਮਾ ਨੇ ਹੁਣੀ ਫੇਸਬੁੱਕ ਬਣਾਈ ਹੈ ਨਵੀਂ ਨਵੀਂ ਅੱਛਾ ਪੁੱਛੋ ਵੀ ਕਿਉਂ ਮੁੰਡਾ ਕਿਊਟ ਪਰ ਮੈਨੂੰ ਨਹੀਂ ਲੱਗਦਾ ਮੈਨੂੰ ਮੰਮੀ ਨੇ ਸੱਚੀ ਫੇਸਬੁੱਕ ਬਣਾਈ ਹੈ ਹੁਣੇ ਹੁਣੇ ਬਣਾਈ ਹੈ ਉਹਨਾਂ ਨੇ ਉਤੇ ਫਿਰ ਮੇਰੀਆਂ ਫੋਟੋਆਂ ਸ਼ੇਅਰ ਕੀਤੀਆਂ ਉਹਨੇ ਸਾਰੀਆਂ ਇਹ ਅੱਛਾ ਤੇ ਉੱਥੇ ਫਿਰ ਮੈਨੂੰ ਲੱਗਦਾ ਜ਼ਿਆਦਾ ਮੈਸੇਜ ਆਣਗੇ ਕੁੜੀਆਂ ਦੇ ਆਂਟੀ ਜੀ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਕੁੜੀ ਦਾ ਕੰਪਲੀਮੈਂਟ ਜਾਂ ਕਮੈਂਟ ਕਦੀ ਮਿਲ ਕੇ ਜਾਂ ਕੁਛ ਵੀ ਇਦਾਂ ਇਦਾਂ ਦਾ ਕੁਛ ਵੀ ਕੀ ਬੈਸਟ ਕੰਪਲੀਮੈਂਟ ਮਿਲਿਆ ਜਿਹੜਾ ਤੁਹਾਨੂੰ ਹੁਣ ਤੱਕ ਦਾ ਲੱਗਿਆ ਸੀ ਯਾਰ ਆਹ ਸਭ ਤੋਂ ਮੈਨੂੰ ਲੱਗਦਾ ਬੈਸਟ ਬੰਦੇ ਲਈ ਹੋਈ ਹੁੰਦਾ ਜੋ ਤੁਹਾਨੂੰ ਕੋਈ ਵਿਆਹ ਲਈ ਪ੍ਰਪੋਜ਼ ਕਰਦਾ ਤੁਹਾਨੂੰ ਕੀ ਮਿਲਿਆ ਮੈਂ ਉਹੀ ਕਹਿ ਰਿਹਾ ਜੋ ਤੁਹਾਨੂੰ ਕੋਈ ਵਿਆਹ ਲਈ ਪ੍ਰਪੋਜ਼ ਕਰਦਾ ਅੱਛਾ ਕਿੰਨੀਆਂ ਨੇ ਕੀਤਾ ਇੱਕ ਵਾਰੀ ਸ਼ੋਅ ਤੇ ਕੀਤਾ ਸੀ ਕੁੜੀਆਂ ਦਾ ਕਾਲਜ ਸੀਗਾ ਤੁਸੀਂ ਕੁੜੀਆਂ ਦੇ ਕਾਲਜ ਕਰਨ ਕੀ ਗਏ ਸ਼ੋਅ ਸੀਗਾ ਉੱਥੇ ਨਹੀਂ ਕਿਉਂ ਕਰਨ ਗਏ ਮੇਰੀ ਕਲਾਸ 'ਚ ਮੈਂ ਇੱਥੇ ਬੈਠੀ ਤੁਸੀਂ ਕੁੜੀਆਂ ਦੇ ਕਾਲਜ 'ਚ ਕੀ ਸ਼ੋਅ ਸੀਗਾ ਉੱਥੇ ਸ਼ੋਅ ਵਧੀਆ ਸੀਗਾ ਉਹ ਵਧੀਆ ਲੱਗਿਆ ਦੇਖ ਕੇ ਸਾਡੀ ਹੁਣ ਗੇਮ ਹੈਗੀ ਆ ਜੀ ਅੰਗਰੇਜ਼ੀ ਬੀਟ ਤੇ ਪਹਿਲਾ ਧਿਆਨ ਨਾ ਸੁਣਿਓ ਦੇ ਵਾਂਟ ਟੂ ਪ੍ਰੈਸ ਯੂਅਰ ਫਰੈਂਡ ਬਟ ਯੂਅਰ ਫਰੈਂਡ ਨਾਟ ਬੈਂਡ ਇਹ ਹੁਣ ਦਾ ਹੀ ਗਾਣਾ ਆ ਹਿੰਟ ਦੇ ਰਹੀ ਹਾਂ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆਏ ਕੀ ਬਾਤ ਹੈ ਅਗਲਾ ਆਈ ਸੀ ਅ ਬ੍ਰੇਕਅਪ ਸਟਾਰ ਦੈਟ ਡਿਟੋ ਲਾਈਕ ਮੀ ਯਾਰ ਦੁਬਾਰੇ ਬੋਲਿਓ ਆਈ ਸੀ ਅ ਬ੍ਰੇਕਅਪ ਸਟਾਰ ਦੈਟ ਡਿਟੋ ਲਾਈਕ ਮੈਂ ਅੱਜ ਇੱਕ ਟੁੱਟਿਆ ਤਾਰਾ ਦੇਖਿਆ ਓਏ ਇਹ ਤੋਂ ਪਤਾ ਲੱਗ ਰਿਹਾ ਕਿ ਤੁਹਾਡੀ ਅੰਗਰੇਜ਼ੀ ਮੇਰੀ ਅੰਗਰੇਜ਼ੀ ਨਾਲ ਕਿੰਨੀ ਮਿਲਦੀ ਆ ਬਹੁਤ ਮਿਲਦੀ ਹੈ ਚਲੋ ਅੱਗੇ ਆ ਜਾਓ ਗਰਲੇ ਨੀ ਯੂ ਦਾ ਰੰਗ ਪੂਰਾ ਕਿਲਤਾ ਨੀ ਇਨ ਮਾਈ ਮੁਹੱਲਾ ਪੂਰਾ ਗਰਲੇ ਨੀ ਯੂ ਦਾ ਰੰਗ ਪੂਰਾ ਕਿਲਤਾ ਨੀ ਇਨ ਮਾਈ ਮੁਹੱਲਾ ਪੂਰਾ ਕੁੜੀ ਨੀ ਤੇਰੇ ਬਰਾਊਨ ਰੰਗ ਨੇ ਮੁੰਡੇ ਪੱਟਦੇ ਨਹੀਂ ਸਾਰੇ ਮੇਰੇ ਟਾਊਨ ਦੇ ਸੋਰੇ ਓ ਗੋਡ ਇੱਥੇ ਕੁੜੀਆਂ ਨੇ ਤੁਹਾਡੇ ਤੋਂ ਨਾਰਾਜ਼ ਹੋ ਜਾਣਾ ਹਿੱਟ ਗਾਣਾ ਰਹਿ ਗਿਆ ਮੇਰੇ ਹੱਥੋਂ ਚਲੋ ਅਗਲਾ ਗਰਲ ਡੈਡ ਔਨ ਯੂ ਯੂ ਮਰਦੀ ਹੈ ਤੇਰੇ ਤੇ ਇਹਨਾਂ ਨੂੰ ਤੁਸੀਂ ਫੋਨ ਨਹੀਂ ਲਾਇਆ ਕੁੜੀ ਮਰਦੀ ਹੈ ਤੇਰੇ ਤੇ ਹਾਂ ਥੋੜਾ ਜਿਹਾ ਤਾਂ ਮਰਿਆ ਗਾ ਬਹੁਤ ਯੈਸ ਹੁਣ ਸਾਡੀ ਗ੍ਰੇਜੀ ਬੀਟ ਦਾ ਖਤਮ ਹੁੰਦੀ ਆ ਕੀ ਨਾਮ ਸੀ ਇਹਦੇ ਕਾ ਆਪਣੇ ਟਿਪੀਕਲ ਪੰਜਾਬੀ ਵਰਡ ਉਹਨਾਂ ਨੂੰ ਫਟਾਫਟ ਤੁਹਾਡੇ ਦਿਮਾਗ ਚ ਕੀ ਆਉਂਦਾ ਸੁਣ ਕੇ ਉਹ ਤੁਸੀਂ ਦੱਸਣਾ ਠੀਕ ਹੈ ਜੀ ਸਿੱਧਾ ਕਰੀਏ ਸ਼ੁਰੂ ਕਸੁੰਨ
ਤੇਰੇ ਪੈਣੇ ਮੇਰੇ ਪੈਣੇ ਹੁਣੇ ਤੁਸੀਂ ਮੈਨੂੰ ਕਹਿ ਰਹੇ ਸੀ ਮੈਂ ਗਲਤ ਮੇਰੇ ਦਿਮਾਗ 'ਚ ਆਇਆ ਅੱਛਾ ਫੇਰ ਠੀਕ ਮੈਂ ਤੁਹਾਡੇ ਨਹੀਂ ਮਾਰਨ ਲੱਗਾ ਮਤਲਬ ਮੇਰੇ ਦਿਮਾਗ 'ਚ ਆਇਆ ਫੇਰ ਠੀਕ ਆ ਸਿਆਪਾ ਤੂੰ ਪਾਏਂਗੀ ਮੈਂ ਤਾਂ ਪਾਤੇ ਸਿਰਾ ਤੂੰ ਲੱਗਦੀ ਆ ਬੂਥੀ ਇਹ ਨਹੀਂ ਮੈਂ ਲਾਉਣਾ ਤੁਹਾਡੇ ਤੇ ਇਹ ਨਹੀਂ ਮੇਰੇ ਦਿਮਾਗ 'ਚ ਆ ਰਿਹਾ ਨੈਕਸਟ ਵਨ ਚੋਨਾ ਚੱਲ ਆਈਏ ਪਿੰਡ ਜਾ ਕੇ ਸੀਜ਼ਨ ਚੱਲਦਾ ਸੀਜ਼ਨ ਚੱਲਦਾ ਝੋਨੇ ਦਾ ਦੁਰ ਫਿੱਟੇ ਮੂੰਹ ਅੱਜ ਮਾਰ ਮਕਾਉਣਾ ਤੂੰ ਆਏ ਖੱਬੇ ਸੱਜੇ ਖੱਬੇ ਸੱਜੇ ਪਰ ਮੇਰਾ ਰਾਸਤਾ ਸਿੱਧਾ ਆ ਨੋ ਖੱਬੇ ਸੱਜੇ ਸ਼ਦਾਈ ਤੇਰੇ ਪਿੱਛੇ ਹੋਇਆ ਇਹ ਮੈਨੂੰ ਲੱਗਦਾ ਕਲਾਸ ਪੂਰੀ ਹੋਣੀ ਹੈ ਇੱਥੇ ਕੁਛ ਕੁਛ ਖਤਮ ਹੋ ਜਾਣੀ ਮੈਨੂੰ ਤਾਂ ਲੱਗਦਾ ਚਲੋ ਅੱਗੇ ਨੀਂਦ ਆਉਂਦੀ ਨਹੀਂ ਹੁਣ ਆਉਣੀ ਵੀ ਨਹੀਂ ਆਉਣੀ ਵੀ ਨਹੀਂ ਸ਼ਰੂਤੀ ਹਸਨ ਬਹੁਤ ਸੋਹਣੀ ਹੈ ਯਾਰ ਹਾਏ ਹੁਣੇ ਮੈਂ ਸੋਹਣੀ ਸੀ ਹੁਣ ਸ਼ਰੂਤੀ ਹਸਨ ਹੋ ਗਈ 10 ਸ਼ਬਦਾਂ ਦੀ ਉਹਦਾ ਨਾਮ ਰੱਖਣਾ ਹੀ ਨਹੀਂ ਸੀ ਵਿੱਚ ਆ ਲਿਸਟ ਦੇ ਵਿੱਚ ਉਹਦਾ ਨਾਮ ਰੱਖਣਾ ਹੀ ਨਹੀਂ ਸੀ 10 ਸ਼ਬਦਾਂ 'ਚ ਇਸ ਮੁੰਡੇ ਨੇ ਗੱਲ ਮੁਕਾਤੀ ਕੀ ਸਿਖਾਉਂਗੀ ਤੁਹਾਨੂੰ ਅੰਗਰੇਜ਼ੀ ਮੈਂ ਉਹ ਜਦੋਂ ਉਹਦਾ ਨਾਮ ਆਉਂਦਾ ਨਾ ਮੂੰਹ 'ਚ ਨਿਕਲ ਜਾਂਦਾ ਬਹੁਤ ਸੋਹਣੀ ਯਾਰ ਸੋ ਤੁਸੀਂ ਇਹ ਰੱਖਣਾ ਹੀ ਨਹੀਂ ਸੀ ਸਵਾਲ ਤੁਸੀਂ ਮੈਨੂੰ ਲੱਗਦਾ ਇੱਕ ਨਾਮ ਤਾਂ ਰਹਿ ਗਿਆ ਪੁੱਛੋ ਪੁੱਛੋ ਜਿਹੜਾ ਰਹਿ ਗਿਆ ਹੁਣ ਦੇਖਦੇ ਹਾਂ ਇੱਥੇ ਕੀ ਕਹਿੰਦੇ ਆ ਚਲੋ 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 ਸ਼ੌਂਕਨ ਦਿਲ ਤੇ ਲੱਗ ਗਈ ਅੱਜ ਸੋ ਹੁਣ ਕੁਛ ਸਵਾਲ ਨੇ ਮੇਰੇ ਅੱਛਾ ਰੁਕੋ ਤੁਹਾਨੂੰ ਗਿਫਟ ਆਪਾਂ ਵੀ ਇਹਨਾਂ ਨੂੰ ਉਲਝਾਉਣੇ ਆ ਜੋ ਮੇਰੇ ਜੋ ਸਵਾਲ ਨੇ ਬਰਾਤ ਆ ਜਾਵੇ ਹੁਣ ਕਿਸੇ ਦੀ ਮੈਨੂੰ ਛੋਟੇ ਹੁੰਦੇ ਹੁੰਦਾ ਸੀ ਕਿ ਕੋਈ ਲੈ ਜਾਵੇ ਬੱਚਿਆਂ ਨੂੰ ਛੱਡ ਦਿੰਦੇ ਸੀ ਨਾ ਵੀ ਬਰਾਤ ਨਹੀਂ ਨਾ ਲੈ ਮੈਨੂੰ ਲੈ ਜਾਵੇ ਕੋਈ ਬਰਾਤ ਹਾਊਸ ਵਾਈਫ ਮੈਨੂੰ ਲੱਗਦਾ ਮੈਂ ਬਹੁਤ ਵਧੀਆ ਹਾਊਸ ਵਾਈਫ ਬਣ ਸਕਦੀ ਹਾਂ ਨਾਗਿਨ ਡਾਂਸ ਪਲਾਜ਼ੋ ਯੈਸ ਆਈ ਲਵ ਪਲਾਜ਼ੋ ਗਿਫਟ ਦੇਣਾ ਉਸ ਵਿੱਚ ਮੇਰਾ ਗਿਫਟ ਰਹਿੰਦਾ ਤੁਹਾਨੂੰ ਦੇਣ ਵਾਲਾ ਹੱਲੇ ਇੱਥੋਂ ਨਾ ਵੜੋ ਇਹਦਾ ਨਾਮ ਭੁੱਲ ਗਿਆ ਮੈਂ ਕੀ ਕਿੱਸਾ ਸ਼ੂਗਰ ਕਿੱਸੇ ਸ਼ੂਗਰ ਮੂਰੇ ਲਾਉਣਾ ਅੱਜ ਤਾਂ ਬਹੁਤ ਗਿਫਟ ਹੋ ਗਿਆ ਅੱਜ ਤਿੰਨ ਮੇਰਾ ਗਿਫਟ ਮੈਂ ਵੀ ਤੁਹਾਨੂੰ ਜਵਾਬ ਦਿੱਤਾ ਆ ਦੋ ਲੈ ਲਓ ਤੁਸੀਂ ਵਾਪਸ ਮੇਤੋਂ ਮੈਂ ਇੱਕ ਲੈ ਤੁਸੀਂ ਦੋ ਦੇ ਰਹੇ ਮੈਨੂੰ ਮੈਂ ਦੋ ਦੇ ਰਿਹਾ ਤੁਹਾਨੂੰ ਦੇਖੋ ਮੈਂ ਇੱਕ ਲੱਖ ਰਿਹਾ ਓ ਮਾਈ ਗੋਡ ਤੁਹਾਨੂੰ ਮੇਰੀ ਕਲਾਸ ਦੇ ਵਿੱਚ ਮੈਂ ਤਾਂ ਸੋਹਣੀ ਲੱਗ ਰਹੀ ਹਾਂ ਜਿੱਦਾਂ ਤੁਸੀਂ ਸਕੂਲ 'ਚ ਹੁੰਦੇ ਸੀ ਜਾਂ ਕਾਲਜ 'ਚ ਪੜ੍ਹੇ ਆ ਤੁਹਾਨੂੰ ਸਭ ਤੋਂ ਸੋਹਣੀ ਮੈਡਮ ਕਿਹੜੀ ਲੱਗਦੀ ਸੀ ਕਿਹੜੇ ਸਬਜੈਕਟ ਦੀ ਸੋ ਅੰਗਰੇਜ਼ੀ ਵਾਲੇ ਭੈਣ ਜੀ ਵੀ ਸੋਹਣੇ ਸੀਗੇ ਭੈਣ ਜੀ ਬੋਲਦੇ ਹੁੰਦੇ ਸੀ ਉਦੋਂ ਯਾਰ ਬੋਲਦੇ ਸੀ ਗੱਲ ਨਹੀਂ ਖਤਮ ਕਰਦੀ ਇੰਨਾ ਵਧੀਆ ਸਵਾਲ ਪੁੱਛਿਆ ਤੁਹਾਨੂੰ ਮੈਂ ਅੰਗਰੇਜ਼ੀ ਵਾਲੇ ਭੈਣ ਜੀ ਵੀ ਸੋਹਣੇ ਸੀਗੇ ਐਂਡ ਹਿੰਦੀ ਵਾਲੇ ਵੀ ਸੋਹਣੇ ਸੀਗੇ ਹੁਣ ਸਾਡੀ ਗੇਮ ਆ ਇਹਦੇ 'ਚ ਨਾ ਕੁਝ ਵਰਡ ਲਿਖੇ ਨੇ ਸਲੇਟਾਂ 'ਤੇ ਠੀਕ ਹੈ ਇਹ ਨਾ ਤੁਸੀਂ ਮੈਨੂੰ ਦਿਖਾਉਣੇ ਆ ਤੁਸੀਂ ਨਹੀਂ ਦੇਖਣੇ ਠੀਕ ਹੈ ਤੁਸੀਂ ਮੈਨੂੰ ਦਿਖਾਉਣੇ ਹਾਂ ਇੱਦਾਂ ਹੀ ਚੁੱਕਣੇ ਆ ਅਤੇ ਮੈਂ ਉਹ ਵਰਡ ਨਹੀਂ ਐਗਜੈਕਟ ਬੋਲੂੰਗੀ ਉਸ ਵਰਡ ਨਾਲ ਰਲਦੇ ਮਿਲਦੇ ਹੋਰ ਸਾਰੇ ਵਰਡ ਬੋਲੂੰਗੀ ਬਟ ਤੁਸੀਂ ਐਗਜੈਕਟ ਵਰਡ ਉਹੀ ਦੱਸਣਾ ਜੋ ਲਿਖਿਆ ਹੋਇਆ ਠੀਕ ਹੈ ਜੀ ਠੀਕ ਹੈ ਜੀ ਚਲੀਏ ਚਲੋ ਹਾਂਜੀ ਉੱਧਰ ਵੀ ਦਿਖਾ ਦਿਓ ਸਾਰੇ ਅੱਛਾ ਜੀ ਇਹ ਨਾ ਕਿਸੇ 'ਤੇ ਆਪਾਂ ਕਰ ਦੇਈਦਾ ਆ ਜਾਦੂ ਉਹਦੇ ਨਾਲ ਵੀ ਕੁਛ ਹੁੰਦਾ ਕਾਲਾ ਜਾਦੂ ਨਹੀਂ ਨਹੀਂ ਉਹਦੇ ਨਾਲ ਪਿੱਛੇ ਲਾਉਂਦੇ ਆ ਟੋਣਾ ਜਾਦੂ ਟੋਣਾ ਯੈਸ ਆਈ ਨੋ ਆਈ ਐਮ ਅ ਵੈਰੀ ਫਾਈਨ ਐਕਟਰੈਸ ਜਾਦੂ ਟੋਣਾ ਟੂਣਾ ਆਏ ਹੈ ਇਹਨੂੰ ਇੱਥੇ ਥੱਲੇ ਰੱਖ ਦੋ ਹਾਂ ਜਿੱਥੇ ਮਰਜ਼ੀ ਰੱਖ ਦੋ ਤੁਹਾਡੀ ਮਰਜ਼ੀ ਹੈ ਤੁਹਾਡੀ ਕਲਾਸ ਹੈ ਚਲੋ ਜੀ ਚਲੋ ਅੱਗੇ ਤੁਸੀਂ ਕਹਿੰਦੇ ਨੇ ਲੈ ਕੇ ਇੱਥੇ ਮੈਨੂੰ ਲੱਗ ਅੱਛਾ ਉੱਧਰ ਦਿਖਾ ਦਿਓ ਸਾਰਿਆਂ ਨੂੰ ਇਹ ਨਾ ਇਹ ਹੁਣੇ ਹੁਣੇ ਗਾਣਾ ਵੀ ਬਣਿਆ ਬੜਾ ਮਤਲਬ ਫੇਮਸ ਉਹ ਵਾਲਾ ਹੁਣ ਮੈਂ ਕਿੱਦਾਂ ਦੱਸਾਂ 20% ਗੈਸ ਵਾਲਾ ਗਾਣਾ ਕਿੰਨੇ ਬਣਾਇਆ ਸੀ ਉਹ ਕੀ ਸੀਗਾ ਉਹਨੂੰ ਕੀ ਕਹਿੰਦੇ ਸੀ ਉਹ ਆਪਾਂ ਗਰਮੀਆਂ 'ਚ ਬੜੀ ਪੀਦੀ ਹੈ ਸ਼ਿਕੰਜਵੀ ਗੋਲੀ ਵਾਲਾ ਬੱਤਾ ਬਹੁਤ ਹੀ ਸਵਾਦ ਹੁੰਦਾ ਹੈ ਗੈਸ ਪੂਰੀ ਗੈਸ ਪੂਰੀ ਚਲੋ ਜੀ ਥਰਡ ਵਨ ਅੱਛਾ ਇਹ ਵੀ ਪੀਣ ਵਾਲੀ ਚੀਜ਼ ਆ ਬਟ ਇਹ ਜਿਹੜੀ ਆਪਾਂ ਸ਼ਾਮ ਨੂੰ ਨਹੀਂ ਪੀਂਦੇ ਸ਼ਰਾਬ ਉਹਨੂੰ ਉਹ ਜਦੋਂ ਵਿੱਚ ਪਾਣੀ ਨਹੀਂ ਪਾਈਦਾ ਪਾਣੀ ਨਹੀਂ ਪਾਈਦਾ ਸਿੱਧਾ ਹੀ ਨੀਟ ਨੀਟ ਪੈਗ ਯੈਸ ਕੀ ਦੇਖੋ ਵਰਡ ਲੱਭੇ ਨੇ ਦੇਖੀ ਇੱਦਾਂ ਚ
ਜਾ ਰਹੇ ਆ ਆਸਾਨ ਸੀ ਪਰ ਥੋੜਾ ਜਿਹਾ ਮੇਰੇ ਲਈ ਜਾਂ ਤੁਸੀਂ ਬਹੁਤ ਸੌਖਾ ਸਮਝਾਇਆ ਸ਼ਾਇਦ ਨਹੀਂ ਮੈਂ ਸੌਖਾ ਸਮਝਾਇਆ ਤੁਸੀਂ ਤਾਂ ਕਹਿ ਰਹੇ ਹੋ ਨਲਾਇਕ ਹੋ ਨਾ ਮੈਂ ਮੈਡਮ ਤੇ ਆ ਜਿਹੜੀਆਂ ਸਲੇਟਾਂ ਤੁਹਾਡੇ ਕੋਲ ਪਈਆਂ ਇਹ ਮੈਨੂੰ ਦਿਖਾਓ ਤੁਸੀਂ ਮੈਂ ਵੀ ਦੇਖਦਾ ਤੁਸੀਂ ਕਿੰਨੇ ਤੁਸੀਂ ਰੱਖੀਆਂ ਨੇ ਇਹ ਮੈਂ ਹੀ ਰੱਖੀਆਂ ਮੈਂ ਦੇਖਦਾ ਤੁਸੀਂ ਕਿੰਨੇ ਕੇ ਇੰਟੈਲੀਜੈਂਟ ਹੋ ਅੱਜ ਮੈਂ ਵੀ ਦੇਖਾਂ ਥੋੜਾ ਜਿਹਾ ਚੱਕੋ ਤੁਸੀਂ ਮੈਨੂੰ ਸਮਝ ਨਹੀਂ ਆਂਦੀ ਕਲਾਸ ਮੈਂ ਸ਼ੁਰੂ ਕੀਤੀ ਹੈ ਇੱਥੇ ਮੇਰੀ ਕਲਾਸ ਲੈਣ ਕਿਉਂ ਲੱਗ ਗਈ ਇਹ ਇੱਥੋਂ ਤੁਸੀਂ ਚੱਕਣੀਆਂ ਨੇ ਵਾਹੋ ਸੱਚ ਮੈਨੂੰ ਚੇਤਾ ਭੁੱਲ ਜਾਂਦਾ ਸੌਰੀ ਚਲੋ ਸੌਰੀ ਸੌਰੀ ਅੱਛਾ ਸੋ ਹੁੰਦਾ ਨਾ ਜਿਹੜੇ ਫੇਕ ਆਈਡੀਆਂ ਬਣਦੀਆਂ ਅੱਜ ਕੱਲ ਫੇਸਬੁੱਕ ਤੇ ਕਿੰਨੇ ਕਿੰਨੇ ਮੁੰਡੇ ਪਿੱਛੇ ਲਾ ਲੈਂਦੇ ਉਹਨਾਂ ਨੂੰ ਮੁਰੀ ਐਂਜਲ ਇੱਕ ਵਰਡ ਹੋਰ ਐਂਜਲ ਪ੍ਰੀਆ ਓਕੇ ਮੈਂ ਦੱਸ ਦਿੰਦਾ ਹੁਣ ਪ੍ਰੀਆ ਦਾ ਹੁਣ ਮੈਂ ਸਕੂਟਰ ਕਹਿ ਕੇ ਕਿਵੇਂ ਕਰਦਾ ਚਲੋ ਕੋਈ ਗੱਲ ਨਹੀਂ ਉਹ ਤਾਂ ਮੈਨੂੰ ਪਤਾ ਮੈਂ ਡਾਲ ਅੱਗੇ ਚਲੋ ਇਹ ਹੁੰਦਾ ਨਾ ਜਿਹੜਾ ਬਹੁਤ ਅੜਬ ਹੁੰਦਾ ਹਾਂ ਸੋ ਆਪਾਂ ਇੱਕ ਤਾਂ ਨਾਨਕੇ ਜਾਂਦੇ ਹਾਂ ਆਪਾਂ ਇੱਕ ਜਗ੍ਹਾ ਹੋਰ ਜਾਂਦੇ ਹਾਂ ਜ਼ਿਆਦਾਤਰ ਛੋਟੇ ਹੁੰਦੇ ਇੱਕ ਤਾਂ ਨਾਨਕੇ ਜਾਂਦੇ ਹਾਂ ਇੱਕ ਹੋਰ ਰਿਸ਼ਤੇਦਾਰੀ 'ਚ ਆਪਾਂ ਸਭ ਤੋਂ ਜ਼ਿਆਦਾ ਜਾਂਦੇ ਹਾਂ ਸੋ ਜੋ ਆਪਣੇ ਘਰ ਦਾ ਹੁੰਦਾ ਪ੍ਰਾਹੁਣਾ ਵੱਡਾ ਪ੍ਰਾਹੁਣਾ ਹੋਰ ਘਰ ਦਾ ਵੱਡਾ ਪ੍ਰਾਹੁਣਾ ਕਿਹੜਾ ਹੁੰਦਾ ਨਾਨਕੇ ਜਾਈਦਾ ਹੋਰ ਕਿੱਥੇ ਜਾਈਦਾ ਜਿਹੜਾ ਅੜਬ ਹੁੰਦਾ ਆ ਸੋ ਜਿਹੜਾ ਵਿਆਹਾਂ 'ਚ ਬਹੁਤ ਜ਼ਿਆਦਾ ਲੜਦਾ ਆ ਫੁੱਫੜ ਫੁੱਫੜ ਜੀ ਫੁੱਫੜ ਵਿਚਾਰੇ ਨੂੰ ਬਦਨਾਮ ਕੀਤਾ ਸੌਰੀ ਫੁੱਫੜ ਜੀ ਚਲੋ ਨੈਕਸਟ ਸੋ ਇੱਕ ਗੇਮ ਹੁੰਦੀ ਆ ਜਿਸ 'ਚ ਆਪਾਂ ਇੱਕ ਦੂਜੇ ਚੱਪਲਾਂ ਹੀ ਮਾਰਦੇ ਹਾਂ ਬਹੁਤ ਬਾਂਦਰ ਕਿੱਲਾ ਬਾਂਦਰ ਕਿੱਲਾ ਆਈ ਨੋ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਦੇਖੋ ਤੁਸੀਂ ਸਭ ਤੋਂ ਜ਼ਿਆਦਾ ਵਧੀਆ ਖੇਡੀ ਸਭ ਤੋਂ ਫਟਾਫਟ ਤੁਸੀਂ ਦਿੱਤੇ ਇਸ ਖੁਸ਼ੀ ਦੇ ਵਿੱਚ ਤੁਹਾਨੂੰ ਹਰੇ ਰੰਗ ਦਾ ਸ਼ੂਗਰ ਕਿਸੇ ਯੈਸ ਐਂਡ ਦੇ ਵਿੱਚ ਦੇਖਿਆ ਨਾ ਹੁਣ ਕਲਾਸ ਖਤਮ ਹੋਣ ਵਾਲੀ ਹੈ ਤਾਂ ਮਤਲਬ ਤੁਸੀਂ ਅੰਗਰੇਜ਼ੀ 'ਚ ਫਿੱਟ ਹੋ ਗਏ ਫਿੱਟ ਹੋ ਗਿਆ ਸ਼ੂਗਰ ਕਿਸੇ ਮੈਨੂੰ ਯਾਦ ਹੋਣ ਲੱਗ ਗਿਆ ਹੁਣ ਦੋ ਹੋ ਗਏ ਮੇਰੇ ਇਹ ਤੁਸੀਂ ਭੁੱਲਨੇ ਵੀ ਨਹੀਂ ਹੈਗੇ ਦਿੱਤੇ ਕਿੰਨੇ ਸੀ ਉਹਨੂੰ ਵੀ ਨਹੀਂ ਭੁੱਲਣਾ ਇਹ ਮੈਂ ਸਾਹਮ ਲੈਣੇ ਜਾ ਕੇ ਜੜਾ ਲੈਣੇ ਕਿਸ ਚੀਜ਼ 'ਚ ਬਸ ਫਿਰ ਠੀਕ ਆ ਅੱਛਾ ਹੁਣ ਇੱਕ ਸਵਾਲ ਹੋਰ ਬੜੀ ਤੇਜ਼ੀ ਨਾਲ ਮੇਰੇ ਦਿਮਾਗ 'ਚ ਆ ਰਿਹਾ ਉਹ ਇਹ ਆ ਰਿਹਾ ਕਿ ਤੁਸੀਂ ਗਾਣੇ ਗਾਏ ਹੈ ਨਾ ਯਾਰੀ ਬੜੀ ਸੌਖੀ ਤੋੜ ਗਈ ਹੈ ਨਾਰਾ ਤੇ ਸਰਕਾਰ ਸਾਰੀਆਂ ਹੈ ਨਾ ਪਹਿਲਾਂ ਤੁਸੀਂ ਮਤਲਬ ਵਿਚਾਰੇ ਕੁੜੀ ਦੇ ਪਿੱਛੇ ਦਾ ਟਾਈਪਸ ਹੈ ਨਾ ਇੱਦਾਂ ਦਾ ਸੀਗਾ ਅਤੇ ਹੁਣ 2019 ਦੇ ਵਿੱਚ ਫਾਈਨਲੀ ਤੁਸੀਂ ਐਟੀਟਿਊਡ 'ਚ ਆ ਗਏ ਕੁੜੀਏ ਰੱਬ ਤੇਰਾ ਭਲਾ ਕਰੇ ਹਾਏ ਮਤਲਬ ਇੰਨਾ ਟਾਈਮ ਕਿਉਂ ਇੰਨਾ ਲੰਬਾ ਅਰਸਾ ਐਟੀਟਿਊਡ 'ਚ ਆਉਂਦੇ ਨਹੀਂ ਐਟੀਟਿਊਡ ਤਾਂ ਮੈਂ ਬਹੁਤ ਸਾਲਾਂ ਤੋਂ ਐਸੇ ਤੀਕ ਉਮਰ ਆਇਆ ਹਾਂ ਪਰ ਬੜਾ ਲੰਬਾ ਸਮਾਂ ਲੱਗ ਗਿਆ ਗਾਣਾ ਬਣਦੇ ਬਣਦੇ ਮੈਨੂੰ ਲੱਗਦਾ 2014-15 'ਚ ਇੱਕ ਲਾਈਨ ਦਿਮਾਗ 'ਚ ਆਈ ਸੀ ਜਿਉਂਦੀ ਰਹਿ ਮੁਟਿਆਰੇ ਰੱਬ ਤੇਰਾ ਭਲਾ ਕਰੇ ਉਦੋਂ ਦੀ ਆਈ ਹੋਈ ਉਦੋਂ ਦਾ ਸੋਚਿਆ ਹੋਇਆ ਸੀ ਮੈਂ ਤੇ ਵੀਰੇ ਨੇ ਗੱਲ ਕਰਦੇ ਸੀ ਆਪਾਂ ਇਹ ਤਾਂ ਗਾਣਾ ਬਣਾ ਲਈਏ ਵੀਰਾ ਗਾਣਾ ਬਣਾਵਾਂਗੇ ਫਿਰ ਮੁੜ ਕੇ ਸਾਡੇ ਕਦੇ ਦਿਮਾਗ 'ਚ ਨਹੀਂ ਆਇਆ ਗਾਣਾ ਫਿਰ ਉੱਦਾਂ ਇੱਕ ਦਿਨ ਬੈਠੇ ਬੈਠੇ ਸਟੂਡੀਓ ਅਸੀਂ ਤਿੰਨੇ ਮੈਂ ਮਿਕਸਿੰਗ ਨੇ ਬੱਬੂ ਵੀਰਾ ਕੰਮ ਕਰ ਰਹੇ ਸੀ ਮੈਂ ਕਿਹਾ ਵੀਰੇ ਉਹ ਬਣਾਈਏ ਫਿਰ ਬਣਿਆ ਸੋਹਣੀ ਬਣ ਗਈ ਲਾਈਨ ਫਿਰ ਮੈਂ ਕਿਹਾ ਡਿਊਟ ਕਰਦੇ ਹਾਂ ਫਿਰ ਡਿਊਟ 'ਚ ਬਣ ਗਿਆ ਕੁੜੀ ਵਾਲਾ ਪਾਰਟ ਵੀ ਚੱਲ ਮੈਂ ਗਾਤਾ ਫਿਰ ਲੱਕੀਲੀ ਜਿਵੇਂ ਹੁੰਦੀਆਂ ਚੀਜ਼ਾਂ ਵਧੀਆ ਹੁੰਦੀਆਂ ਗਈਆਂ ਐਂਡ ਨੇਹਾ ਜੀ ਵਿੱਚ ਆ ਗਏ ਗਾਣਾ ਨੇਹਾ ਜੀ ਨੂੰ ਕਿਵੇਂ ਚੂਜ਼ ਕੀਤਾ ਸੋ ਮੈਂ ਪਹਿਲਾਂ ਯਾਰਾਂ ਦੋਸਤਾਂ ਨਾਲ ਗੱਲ ਕੀਤੀ ਮੈਂ ਵੀ ਮੈਨੂੰ ਗਾਣਾ ਕਰਨਾ ਚਾਹੀਦਾ ਨੇਹਾ ਕੱਖੜ ਦਾ ਹੈ ਨਾ ਸੋ ਕਹਿੰਦੇ ਨਹੀਂ ਇਹ ਪੋਸੀਬਲ ਨਹੀਂ ਹੈਗਾ ਉਹ ਨਹੀਂ ਹੁੰਦਾ ਗਾਣਾ ਇੱਦਾਂ ਨਹੀਂ ਹੋਣਾ ਬਹੁਤ ਟਾਈਮ ਲੱਗ ਗਿਆ ਮੈਂ ਕਿਹਾ ਚੱਲ ਆਪਾਂ ਕਿਸੇ ਹਾਂ ਨਹੀਂ ਸੁਣਦੇ ਤਾਂ ਨਾ ਤਾਂ ਸੁਣ ਲਈਏ ਵੀ ਯਾਦ ਤਾਂ ਰਹੂਗਾ ਵੀ ਨੇਹਾ ਕੱਕੜ ਨੇ ਨਾ ਕੀਤੀ ਸੀ ਸੋ ਇੱਦਾਂ ਕਰਕੇ ਮੈਂ ਸਿੱਧਾ ਪੁੱਛਿਆ ਸੋ ਅੰਸ਼ੁਲ ਬਾਈ ਦਾ ਬਿਗ ਥੈਂਕਸ ਐਂਡ ਵਾਈ ਟਿਲ ਟੀਮ ਦਾ ਜਿਹਨਾਂ ਨੇ ਇਹ ਚੀਜ਼ ਪੋਸੀਬਲ ਕੀਤੀ ਕੋਲੈਬੋਰੇਸ਼ਨ ਜਿਹਨਾਂ ਕਰਕੇ ਹੋਈ ਹੈ ਆਏ ਹਾਏ ਹਾਏ ਕੀ ਬਾਤ ਹੈ ਗਾਣਾ ਦੇਖੋ ਤੁਹਾਡਾ ਸੁਪਰ ਡੂਪਰ ਹਿੱਟ ਹੋ ਗਿਆ ਸਾਨੂੰ ਸਾਰਿਆਂ ਨੂੰ ਬਹੁਤ ਸੋਹਣਾ ਲੱਗਾ ਧੰਨਵਾਦ ਜੀ ਬਹੁਤ ਬਹੁਤ ਤੇ ਮੈਂ ਮਾੜੀ ਜੀ ਗੱਲ ਕਰ ਲਾਂ ਕਰ ਲਓ ਜੀ ਹਾਂਜੀ ਜੇਕਰ ਹੁਣ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਮਿਲਣਾ ਚਾਹੁੰਦੇ ਹੋ ਆਪਣੇ ਫੇਵਰੇਟ ਸਲੈਬਸ ਨੂੰ ਤਾਂ ਤੁਹਾਨੂੰ ਇੱਕ ਆਸਾਨ ਜਿਹੇ ਸਵਾਲ ਦਾ ਜਵਾਬ ਦੇਣਾ ਪੈਣਾ ਉਹ ਸਵਾਲ ਇਹ ਹੈ ਕਿ ਮਨਿੰਦਰ ਬੁੱਟਰ ਜੀ ਨੂੰ ਕਿਹੜੀ ਵਾਲੀ ਭੈਣ ਜੀ ਸਭ ਤੋਂ ਸੋਹਣੀ ਲੱਗਦੀ ਹੁੰਦੀ ਸੀ ਬੜਾ ਸੌਖਾ ਜਿਹਾ ਸਵਾਲ ਆ ਬਸ ਦੇ ਦਿਓ ਜਵਾਬ ਤੁਸੀਂ ਦੇ ਦੇਣਗੇ ਨਾ ਦੇ ਦੇਣਗੇ ਨਾ ਬਸ ਠੀਕ ਹੈ ਅੱਛਾ ਹੁਣ ਮੈਂ ਮਾੜਾ ਜਿਹਾ ਤੁਹਾਡੇ ਲਈ ਇੱਕ ਹੋਰ ਚੀਜ਼ ਆ ਹਾਂਜੀ ਦਵਾ ਦੇ ਦਿਓ ਤੁਸੀਂ ਤਾਂ ਕੁਝ ਲੈ ਕੇ ਨਹੀਂ ਆਏ ਮੇਰੇ ਲਈ ਮੈਂ ਤੁਹਾਨੂੰ ਸ਼ੱਕਰ ਕਿਸੇ ਦੇਖੋ 2-3 ਦੇ ਪਿਆ ਸ਼ੂਗਰ ਕਿਸੇ ਓਏ ਸ਼ੂਗਰ ਕਿਸੇ ਸ਼ੂਗਰ ਕਿਸੇ ਚਲੋ ਕੋਈ ਗੱਲ ਨਹੀਂ ਬਾਰ ਬਾਰ ਗਲਤ ਬੋਲਦਾ ਕਿ ਤੁਸੀਂ ਬਾਰ ਬਾਰ ਸਿਖਾਓ ਇਹ ਜੀ ਸਾਨੂੰ ਬੋਲੀ ਚੱਲੋ ਸਾਡੇ ਵੱਲੋਂ ਤੁਹਾਡੇ ਲਈ ਥੈਂਕ ਯੂ ਕ੍ਰੇਮਿਕਾ ਦਾ ਇੱਕ ਸੋਹਣਾ ਜਿਹਾ ਗਿਫਟ ਹੈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਕ੍ਰੇਮਿਕਾ ਵਾਲਿਆਂ ਦਾ ਖਾਸ ਕਰਕੇ ਫੇਵਰੇਟ ਬਿਸਕਟ ਥੈਂਕ ਯੂ ਸੋ ਮਚ ਮਨਿੰਦਰ ਤੁਸੀਂ ਮੇਰੀ ਕਲਾਸ ਦੇ ਵਿੱਚ ਆਏ ਤੇ ਅੰਗਰੇਜ਼ੀ ਤਾਂ ਸਿੱਖ ਲਈ ਹੈ ਨਾ ਬਹੁਤ ਸਿੱਖ ਲਈ ਜੀ ਬਹੁਤ ਸਿੱਖ ਲਈ ਬਹੁਤ ਚੰਗੀ ਵਰਡ ਸਿੱਖ ਗਏ ਇਹਨੂੰ ਆਪਾਂ ਸ਼ੂਗਰ ਕਿਸੇ ਹਾਏ ਸ਼ੁਕਰ ਹੈ ਮੇਰੀ ਕਲਾਸ ਤਾਂ ਸਫਲ ਹੋ ਗਈ ਨਾ ਸ਼ੂਗਰ ਕਿਸੇ ਨਹੀਂ ਇਹ ਮੇਰਾ ਮੈਂ ਉਹੀ ਦੱਸ ਰਿਹਾ ਜਾਣ ਜਾਣ ਕੇ ਗਲਤ ਬੋਲਣ ਦਾ ਕੁਝ ਮਕਸਦ ਹੋਰ ਹੁੰਦਾ ਕਿ ਤੁਸੀਂ ਬਾਰ ਬਾਰ ਸਿਖਾਓ ਫਿਰ ਬੋਲੋ ਇਹਨਾਂ ਜ਼ਿਆਦਾ ਨਹੀਂ ਟ੍ਰੇਨਡ ਹੋ ਗਏ ਇਹਨਾਂ ਨੂੰ ਤਾਂ ਮੈਂ ਬਾਅਦ ਬਾਅਦ ਚ ਗੱਲ ਕਰਦੀ ਹਾਂ ਤੁਸੀਂ ਦੇਖਦੇ ਰਹੋ ਕ੍ਰੇਮਿਕਾ ਪ੍ਰੈਜ਼ੈਂਟਸ ਸ਼ੌਂਕਨ ਫਿਲਮਾਂ ਦੀ ਟਾਟਾ ਬਾਏ ਸਤਿ ਸ਼੍ਰੀ ਅਕਾਲ